ਇਸ਼ੂ ਜਿਹੜਾ ਪੰਜਾਬ ਦਾ ਬਹੁਤ ਬਰਨਿੰਗ ਇਸ਼ੂ ਬਣਿਆ ਵੀ ਭਾਰਤੀ ਜਨਤਾ ਪਾਰਟੀ ਜਦੋਂ ਚੋਣ ਪ੍ਰਚਾਰ ਕਰਨ ਜਾਂਦੀ ਖਾਸ ਕਰਕੇ ਦਿਹਾਤੀ ਖੇਤਰਾਂ 'ਚ ਪਿੰਡਾਂ 'ਚ ਅਤੇ ਕਿਸਾਨ ਜਥੇਬੰਦੀਆਂ ਉੱਥੇ ਖੜ੍ਹ ਜਾਂਦੀਆਂ ਅੱਗੇ ਆ ਕੇ ਸਵਾਲ ਕਰਦੀਆਂ ਔਰ ਇੱਕ ਵੱਡਾ ਇੰਸੀਡੈਂਟ ਵੀ ਵਾਪਰ ਗਿਆ ਪਰਨੀਤ ਕੌਰ ਹੁਣੀ ਪ੍ਰਚਾਰ ਕਰ ਰਹੀ ਅਤੇ ਇੱਕ ਕਿਸਾਨ ਦੀ ਉਸ ਦੌਰਾਨ ਮੌਤ ਵੀ ਹੋ ਗਈ ਹੈ ਔਰ ਇਹਦੇ ਸੰਬੰਧ ਵਿੱਚ ਪਹਿਲਾਂ ਤੁਹਾਡੀ ਲੀਡਰਸ਼ਿਪ ਸੁਨੀਲ ਜਾਖੜ ਜੀ ਵਿਨੀਤ ਜੋਸ਼ੀ ਹੋਰ ਲੀਡਰ ਜਿਹੜੇ ਸੀ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਵੀ ਸਾਨੂੰ ਕਿਸਾਨ ਜਥੇਬੰਦੀਆਂ ਪ੍ਰਚਾਰ ਨਹੀਂ ਕਰ ਦਿੰਦੀਆਂ ਸਾਡਾ ਰਾਈਟ ਖੋ ਰਹੀਆਂ ਔਰ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ ਜਾਣ ਔਰ ਦੂਸਰੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਰਾਜੇਵਾਲ ਸਾਹਿਬ ਲੱਖੋਵਾਲ ਸਾਹਿਬ ਇਸੇ ਤਰ੍ਹਾਂ ਕਾਦੀਆਂ ਸਾਹਿਬ ਅਤੇ ਹੋਰ ਲੀਡਰ ਜਿਹੜੇ ਨੇ ਬਰਾੜ ਹੋਣੀ ਉਹ ਮਿਲ ਕੇ ਆਏ ਨੇ ਬੈਦਵਾਲ ਹੋਣੀ ਮਿਲ ਕੇ ਆਏ ਆ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਜਦੋਂ ਪ੍ਰਚਾਰ ਕਰਦੇ ਨੇ ਤਾਂ ਕਿਸਾਨਾਂ ਨੂੰ ਇੱਕ ਮੁਲਜ਼ਮ ਜਿਹਾ ਸਮਝਦੇ ਆ ਉਹਨਾਂ ਨੂੰ ਸਵਾਲ ਕਰਨ ਤੋਂ ਰੋਕਦੇ ਜਿਹਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਵਾਲ ਕਰਨੇ ਹਰੇਕ ਦਾ ਰਾਈਟ ਹੈ ਟਕਰਾਅ ਵੱਧ ਨਹੀਂ ਰਿਹਾ ਹਾਂ ਬਿਲਕੁਲ ਤੁਸੀਂ ਤਰਲੋਚਨ ਸਿੰਘ ਜੀ ਸਹੀ ਕਹਿ ਰਹੇ ਹੋ ਇੱਕ ਦਿਨ ਤੁਸੀਂ ਕਿਸਾਨ ਨੇਤਾ ਨੂੰ ਆਪਾਂ ਵੀ ਇੱਥੇ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਲੇਕਿਨ ਦੇਖੋ ਜਾਂ ਆਪਾਂ ਕਹਿ ਲਈਏ ਕਿ ਮੈਨੂੰ ਨਹੀਂ ਕਾਨੂੰਨ ਦਾ ਪਤਾ ਜਾਂ ਕਿਸਾਨਾਂ ਨੂੰ ਨਹੀਂ ਕਾਨੂੰਨ ਦਾ ਪਤਾ ਕਾਨੂੰਨ ਦੇਸ਼ ਦਾ ਇਹ ਕਹਿੰਦਾ ਹੈਗਾ ਆ ਕਿ ਵੀ ਆਪਾਂ ਕਿਸੇ ਨੂੰ ਸਵਾਲ ਕਰਨ ਤੋਂ ਨਹੀਂ ਰੋਕ ਸਕਦੇ ਲੋਕਤੰਤਰਿਕ ਹੱਕ ਹੈ ਲੇਕਿਨ ਕਿਸੇ ਨੂੰ ਘੇਰ ਕੇ ਨਹੀਂ ਆਪਾਂ ਕਰ ਸਕਦੇ ਤੁਹਾਡੇ ਵੋਟਰ ਕੋਲ ਜਿਹੜਾ ਬੰਦਾ ਗਿਆ ਉਹ ਬੰਦਾ ਤੁਹਾਡੇ ਤੋਂ ਵੋਟ ਮੰਗਣ ਆਇਆ ਤੁਸੀਂ ਉਹਨੂੰ ਸਵਾਲ ਪੁੱਛੋ ਤੁਸੀਂ ਉਹਨੂੰ ਵੋਟ ਪਾਓ ਤੁਸੀਂ ਉਹਨੂੰ ਨਾ ਪਾਓ ਇਹ ਤੁਹਾਡਾ ਰਾਈਟ ਬਣਦਾ ਵੋਟਰ ਦਾ ਲੇਕਿਨ ਸੜਕ 'ਤੇ ਘੇਰ ਕੇ ਤੁਸੀਂ ਸਵਾਲ ਪੁੱਛੋ ਇਹ ਤਾਂ ਕਾਇਦਾ ਕਾਨੂੰਨ ਦੇਸ਼ ਦਾ ਹੈ ਹੀ ਨਹੀਂ ਹੈ ਦੇਸ਼ ਦਾ ਸੰਵਿਧਾਨ ਲੋਕਤੰਤਰ ਇਲੈਕਸ਼ਨ ਚੋਣ ਕਮਿਸ਼ਨ ਕੋਈ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਹੈਗਾ ਅੱਜ ਦੀਆਂ ਅਖਬਾਰਾਂ ਦੇ ਵਿੱਚ ਚੋਣ ਕਮਿਸ਼ਨ ਹੈ ਜਿਹੜਾ ਸੀ ਸਿੱਬਨ ਹੈ IAS ਆਫਿਸਰ ਉਹਨੇ ਕਿਸਾਨਾਂ ਕਿਸਾਨ ਜਥੇਬੰਦੀਆਂ ਨੂੰ ਇਹ ਐਡਵਾਈਜ਼ ਕੀਤਾ ਕਿ ਤੁਸੀਂ ਕਿਸੇ ਨੂੰ ਘੇਰ ਕੇ ਸਵਾਲ ਨਹੀਂ ਪੁੱਛੋਗੇ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਆਪਣਾ ਗੱਲਬਾਤ ਕੀਤੀ ਹੈ ਕਿ ਜੇ ਅਸੀਂ ਸਾਡੇ ਨਾਲ ਅਸੀਂ ਪੁੱਛਦੇ ਹਾਂ ਜਾਂ ਜੋ ਵੀ ਹੈ ਗੱਲਬਾਤ ਉਹਨੇ ਕੀਤੀ ਹੈ ਮਿਲੇ ਆ ਉਹਨਾਂ ਦਾ ਵੀ ਰਾਈਟ ਬਣਦਾ ਹੈਗਾ ਅਤੇ ਆਪਣਾ ਸਾਡੇ ਜਿਹੜੇ BJP ਦੇ ਪ੍ਰਧਾਨ ਹੈ ਉਹ ਵੀ ਗਏ ਹੈਗੇ ਉਹਨਾਂ ਦਾ ਵੀ ਰਾਈਟ ਬਣਦਾ ਹੈਗਾ ਲੇਕਿਨ ਸਹੀ ਕੀ ਹੈ ਅਤੇ ਗਲਤ ਕੀ ਹੈ ਇਹਦੇ ਵਿੱਚ ਫਰਕ ਹੈ ਮੈਂ ਇਹ ਸਮਝਦਾ ਹੈਗਾ ਕਿ ਕਿਸਾਨ 100% ਗਲਤ ਹੈ ਇਸ ਜਗ੍ਹਾ 'ਤੇ ਕਿ ਉਹ ਕਿਸੇ ਨੂੰ ਸੜਕ ਦੇ ਉੱਤੇ ਖੜ੍ਹਾ BJP ਦੇ ਕੈਂਡੀਡੇਟ ਨੂੰ ਦੇਖ ਕੇ ਕਹਿਣ ਰੁੱਕ ਅਸੀਂ ਤੈਨੂੰ ਸਵਾਲ ਪੁੱਛਣੇ ਆ ਤੂੰ ਸਾਡੇ ਕਹਿੰਦੇ ਵੀ ਇਹ ਖੜ੍ਹੇ ਹੁੰਦੇ ਸੜਕ 'ਤੇ ਸਵਾਲ ਕਰਨ ਲਈ ਅਤੇ ਜਿਹੜਾ ਕੈਂਡੀਡੇਟ ਨੇ ਤੁਹਾਡੇ BJP ਦੇ ਉਹਨਾਂ ਦਾ ਕਾਫਲਾ ਪੁਲਿਸ ਨਾਲ ਐਂ ਕਵਰ ਕੀਤਾ ਨਾਲ ਜਿਹੜੇ ਤੁਹਾਡੇ ਸਮਰਥਕ ਆ ਹੜ ਹੜ ਕਰਕੇ ਅੱਗੇ ਨਿਕਲ ਜਾਂਦਾ ਉਹਨਾਂ ਦੀ ਗੱਲ ਹੀ ਨਹੀਂ ਸੁਣਦੇ ਜਦੋਂ ਗੱਲ ਨਹੀਂ ਸੁਣਦੇ ਤਾਂ ਫਿਰ ਸਾਨੂੰ ਪਿੱਛੇ ਜਾ ਕੇ ਗੱਲ ਸੁਣਾਉਣੀ ਪੈਂਦੀ ਹੈ ਮੈਂ ਬਿਲਕੁਲ ਤੁਹਾਡੀ ਸੁਣਨ ਦਾ ਮਾਦਾ ਤੇ ਹੋਣਾ ਚਾਹੀਦਾ ਨਹੀਂ ਉਹਨਾਂ ਦਾ ਮਾਦਾ ਹੈ ਜਾਂ ਨਹੀਂ ਹੈ ਇਹਨੂੰ ਉਹ ਕੁਐਸਚਨ ਕਰਨ ਵਾਲੇ ਕੌਣ ਹੈ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਹੈਗੇ ਆ ਕਿ ਅਸੀਂ ਤੁਹਾਨੂੰ ਗੱਲ ਸੁਣਾਉਣੀ ਹੀ ਸੁਣਾਉਣੀ ਹੈ ਇਹ ਤਾਂ ਕੋਈ ਕਾਨੂੰਨ ਨਹੀਂ ਹੈ ਇਹ ਸਮਝਾ ਦਿਓ ਮੈਨੂੰ ਜੇ ਹੈ ਤਾਂ ਇਹ ਕੋਈ ਕਾਨੂੰਨ ਨਹੀਂ ਹੈ ਦੇਸ਼ ਦਾ ਕਿ ਤੁਸੀਂ ਜ਼ਰੂਰੀ ਹੁਣ ਜਿੱਦਾਂ ਮੰਨ ਲਓ ਆਪਾਂ TV ਦੇਖਦੇ ਹਾਂ ਆਪਾਂ ਰੇਡੀਓ ਸੁਣਦੇ ਹਾਂ ਆਪਾਂ ਆਪਣਾ ਮਨ ਕਰਦਾ ਆਪਾਂ ਚੰਗਾ ਲੱਗਦਾ ਤਾਂ ਸੁਣਦੇ ਹਾਂ ਨਹੀਂ ਚੰਗਾ ਲੱਗਦਾ ਤਾਂ ਸਵਿੱਚ ਆਫ ਕਰ ਦਿੰਦੇ ਹਾਂ ਕੋਈ ਮਨਪਸੰਦ ਸੀਰੀਅਲ ਆਉਂਦਾ ਆਪਾਂ ਦੇਖਦੇ ਹਾਂ ਨਹੀਂ ਪਸੰਦ ਆਉਂਦਾ ਤਾਂ ਆਪਾਂ ਬੰਦ ਕਰ ਦਿੰਦੇ ਹਾਂ TV ਲੇਕਿਨ ਇਹ ਥੋੜ੍ਹੀ ਹੈਗਾ ਕਿ ਘਰ ਦਾ ਇੱਕ ਮੈਂਬਰ ਕਹੇ ਕਿ ਤੂੰ ਇੱਥੇ ਬੈਠ ਅਤੇ ਤੂੰ ਦੇਖਣਾ ਹੀ ਦੇਖਣਾ ਆ ਸੁਣਨਾ ਹੀ ਸੁਣਨਾ ਆ ਪਰ ਉਹ ਕਹਿੰਦੇ ਵੀ ਜੇ ਸਾਡੇ ਪਿੰਡ ਆਏ ਆ BJP ਦੀ ਕੈਂਡੀਡੇਟ ਪਿੰਡ ਵੋਟਾਂ ਮੰਗਣ ਆਏ ਆ ਉਹ ਵੋਟਾਂ ਮੰਗਣ ਦਾ ਉਹਨਾਂ ਨੂੰ ਰਾਈਟ ਹੈ ਤੇ ਸਾਡਾ ਰਾਈਟ ਸਵਾਲ ਕਰਨ ਦਾ ਵੀ ਹੈ ਨਾ ਬਿਲਕੁਲ ਸੁਣੋ ਉੱਥੇ ਉਹਨਾਂ ਨਹੀਂ ਉਹਨਾਂ ਨੂੰ ਸੁਣਨਾ ਇਹਨਾਂ ਦਾ ਰਾਈਟ ਨਹੀਂ ਹੈਗਾ ਜਾਂ ਸੁਣਾਉਣਾ ਰਾਈਟ ਨਹੀਂ ਹੈਗਾ ਉਹ ਉਹਨਾਂ ਦੇ ਪਿੰਡ ਆਏ ਤਾਂ ਕੀ ਪਿੰਡ ਨੂੰ ਉਹਨਾਂ ਨੇ ਮੌਰਗੇਜ ਕਰ ਲਿਆ ਹੈਗਾ ਕਿ ਉਸੀ ਇਕੱਲੇ ਪਿੰਡ 'ਚ ਰਹਿੰਦੇ ਹੈਗੇ ਆ ਕਿ ਹੋਰ 80% ਵਸੋਂ ਪਿੰਡ ਦੇ ਵਿੱਚ ਨਹੀਂ ਰਹਿੰਦੀ
90% ਵਸੋਂ ਨਹੀਂ ਰਹਿੰਦੀ, ਉਹ ਕੋਈ ਜ਼ਰੂਰੀ ਥੋੜ੍ਹੀ ਹੈਗਾ ਕਿ ਉਹ ਸਾਰੇ ਕਿਸਾਨਾਂ ਦੇ ਹਮਾਇਤੀ ਹੋਣ। ਮੈਂ ਕਿਸਾਨਾਂ ਦਾ ਹਮਾਇਤੀ ਸੀਗਾ, ਮੈਂ ਇਹਨਾਂ ਦੇ ਨਾਲ ਪਿਛਲੇ ਸਾਰਾ ਸਾਥ ਦਿੱਤਾ ਇਹਨਾਂ ਦਾ, 20 ਵਾਰੀ ਗਿਆ ਮੈਂ ਆਪਣਾ ਟਿੱਕਰੀ ਬਾਰਡਰ, ਸਿੰਘੂ ਬਾਰਡਰ, ਔਰ ਇਹਨਾਂ ਨੇ ਨਾਰੇ ਲਾਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ। ਅੱਜ ਮੈਂ ਇਹਨਾਂ ਦਾ ਹਮਾਇਤੀ ਨਹੀਂ ਹੈਗਾ ਕਿਉਂਕਿ ਧੱਕਾ ਕਰਦੇ ਆ। ਇਹਨਾਂ ਦੀਆਂ 37-38 ਜਥੇਬੰਦੀਆਂ ਆ, ਜਿਨ੍ਹਾਂ 'ਚੋਂ 2 ਜਥੇਬੰਦੀਆਂ ਤਾਂ ਕਰ ਰਹੀਆਂ ਪ੍ਰੋਟੈਸਟ, ਬਾਕੀ 35 ਜਥੇਬੰਦੀਆਂ ਇਹਨਾਂ ਦਾ ਸਾਥ ਨਹੀਂ ਦੇ ਰਹੀਆਂ। ਇਸ ਕਰਕੇ ਆਪਾਂ ਪਰ ਉਹ ਬੀਜੇਪੀ ਦੇ ਵਿਰੁੱਧ ਤੇ ਪ੍ਰੋਟੈਸਟ ਕਰ ਹੀ ਰਹੀਆਂ ਨਾ। ਮੈਂ ਕਹਿੰਦਾ ਜੀ, ਮੈਂ ਕਹਿੰਦਾ ਇਹ ਆਪਣਾ ਸਪੌਂਸਰਡ ਲੋਕ ਹੈਗੇ, ਇਹ ਸਪੌਂਸਰਡ ਹੈ ਪੋਲੀਟੀਕਲ ਪਾਰਟੀਆਂ ਦੇ। ਬੀਜੇਪੀ ਨੇ ਕਿਸਾਨ ਵਿੰਗ ਨਹੀਂ ਬਣਾਇਆ ਇਸ ਤਰ੍ਹਾਂ ਦਾ ਕਿ ਤੁਸੀਂ ਵੀ ਇਹਨਾਂ ਦੇ ਨਾਲ ਟਕਰਾਓ ਕਰੋ। ਦੇਖੋ ਬੀਜੇਪੀ ਦਾ ਆਪਾਂ ਨੂੰ ਧੰਨਵਾਦ ਕਰਨਾ ਚਾਹੀਦਾ। ਕਿਹੜੀ ਪਾਰਟੀ ਦਾ ਵਿੰਗ ਹੈ ਇਹ? ਵਿੰਗ ਆਪਣੇ ਅਕਾਲੀਆਂ ਦੇ ਵੀ ਆ, ਕਾਂਗਰਸ ਦੇ ਵੀ ਆ, ਆਮ ਆਦਮੀ ਪਾਰਟੀ ਦੇ ਵੀ ਆ। ਸਾਨੂੰ ਪਤਾ, ਅਸੀਂ ਤਾਂ ਪ੍ਰਸ਼ਾਸਨ ਦਾ ਹਿੱਸਾ ਰਹੇ ਹੈਗੇ ਹਾਂ, ਇੱਥੋਂ ਤੱਕ ਕਿ ਕਈ ਮੁੱਖ ਮੰਤਰੀ ਤੱਕ ਇਹਨਾਂ ਨੂੰ ਫੀਡ ਕਰਦੇ ਰਹੇ ਆ। ਅਰਵਿੰਦ ਕੇਜਰੀਵਾਲ ਵੀ ਫੀਡ ਕਰਦਾ ਰਿਹਾ ਅਤੇ ਕਾਂਗਰਸ ਦੇ ਕਈ ਮੰਤਰੀ ਵੀ ਫੀਡ ਕਰਦੇ ਰਹੇ ਇਹਨਾਂ ਨੂੰ। ਆਪਣਾ ਇਹ ਸਾਨੂੰ ਸਭ ਪਤਾ ਆ, ਇਹਨਾਂ ਦੀਆਂ ਜਾਇਦਾਦਾਂ ਦਾ ਆਪਣਾ ਪੜਚੋਲ ਕਰ ਲਓ, ਇਹ ਆਪਣਾ ਫੰਡਿੰਗ ਬਾਹਰੋਂ ਹੁੰਦੀ ਹੈ। ਹੋਰ ਤਾਂ ਹੋਰ, ਸ਼ੁਭ ਕਰਨ ਜਿਹੜਾ ਲੜਕਾ ਮਰ ਗਿਆ ਉਹਦੇ ਗੁਰਦੁਆਰੇ ਪੈਸਿਆਂ ਨੂੰ ਲੈ ਕੇ ਇਹਨਾਂ ਨੇ ਲੜਾਈਆਂ ਕੀਤੀਆਂ ਕਿ ਪੈਸੇ ਸਾਨੂੰ ਦਿਓ। ਇਹ ਤਾਂ ਪੈਸੇ ਵਾਸਤੇ ਹੈ ਤਰਲੋਚਨ ਸਿੰਘ ਜੀ, ਇਹ ਪੈਸੇ ਆਪਣਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨਾਂ ਦੇ ਇਸ਼ੂਜ਼ ਦੇ ਨਾਲ। ਜੇ ਕਿਸਾਨਾਂ ਦੇ ਇਸ਼ੂ ਹੋਣ ਤਾਂ ਇਹ ਪੰਜਾਬ 'ਚ ਹੀ ਕਿਉਂ ਹੈ? ਇਕੱਲਾ ਪੰਜਾਬ 'ਚ ਹੀ ਹੈ ਕਿਸਾਨ? ਪੂਰੇ ਦੇਸ਼ ਵਿੱਚ ਕਿਸਾਨ ਨਹੀਂ ਹੈਗਾ? ਕਹਿੰਦੇ ਸਾਰੇ ਦੇਸ਼ 'ਚ ਪ੍ਰੋਟੈਸਟ ਕਰ ਰਹੇ, ਕਿਤੇ ਨਹੀਂ ਹੋ ਰਿਹਾ। ਤੁਸੀਂ ਦੱਸੋ ਕਿੱਥੇ ਹੋ ਰਿਹਾ? ਪੰਜਾਬ ਤੋਂ ਬਾਹਰ ਕੋਈ ਇੱਕ ਜਗ੍ਹਾ ਦੱਸ ਦਿਓ ਕਿਤੇ ਘੇਰ ਕੇ ਕਿਸੇ ਨੂੰ ਕੁਐਸਚਨ ਪੁੱਛਦਾ ਹੋਵੇ? ਕਿਤੇ ਨਹੀਂ ਹੈ। ਮੈਂ ਤਾਂ ਨਹੀਂ ਦੇਖਿਆ ਸੁਣਿਆ, ਰੋਜ਼ ਅਸੀਂ ਅਖਬਾਰ ਪੜ੍ਹਦੇ ਹਾਂ, ਰੋਜ਼ ਹੀ ਆਪਾਂ ਮੀਡੀਆ ਦੇਖਦੇ ਹਾਂ, ਟੀ ਵੀ ਦੇਖਦੇ ਹਾਂ, ਸਿਵਾਏ ਪੰਜਾਬ ਦੇ ਕਿਤੇ ਵੀ ਨਹੀਂ ਹੈਗਾ।